ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਹ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਇਹ ਡਿਜ਼ਾਈਨ ਜਿਹੜਾ ਬਿਗਨਰ ਵਾਸਤੇ ਬਹੁਤ ਹੀ ਸੋਹਣਾ ਆ ਇਹ ਬਿਗਨਰ ਜਿਹੜੇ ਇਸ ਨੂੰ ਬਹੁਤ ਆਸਾਨੀ ਦੇ ਨਾਲ ਬਣਾ ਸਕਦੇ ਨੇ ਤੇ ਤੁਸੀਂ ਇਸ ਨੂੰ ਬੱਚਿਆਂ ਦੀ ਕੋਟੀ ਤੇ ਜੈਂਟਸ ਕੋਟੀ ਤੇ ਕਿਤੇ ਵੀ ਬਣਾ ਕੇ ਰੈਡੀ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਆ ਮੋਟਾ ਮੋਟਾ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਬਹੁਤ ਸਾਰੇ ਰੰਗਾਂ ਵਿੱਚ ਵੀ ਬਣਾ ਸਕਦੇ ਜੇ ਇੱਕ ਰੰਗ ਨਾਲ ਵੀ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਜੇ ਤੇ ਬਹੁਤ ਸਾਰੇ ਰੰਗਾਂ ਨਾਲ ਵੀ ਬਣਾ ਸਕਦੇ ਜੀ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਉਸੇ ਤਰ੍ਹਾਂ ਤੁਸੀਂ ਇਹ ਡਿਜ਼ਾਈਨ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਜੇ ਡਿਜ਼ਾਈਨ ਨੂੰ ਬਣਾਉਣ ਵਾਸਤੇ 5-5 ਦੇ ਹਿਸਾਬ ਨਾਲ ਕੁੰਡੇ ਲਵਾਂਗੇ ਤੇ ਇੱਕ ਗੁੰਡਾ ਵਾਧੂ ਲੈ ਲੈਣਾ ਵਾ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਬਹੁਤ ਹੀ ਸੌਖਾ ਤੇ ਸਿੰਪਲ ਡਿਜ਼ਾਈਨ ਹੈ 4 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਹੋਏਗਾ ਤੇ ਇੱਥੇ ਮੈਂ ਸਿੱਧੀ ਸਾਈਡ ਦੇ ਕੁੰਡੇ ਪਾਏ ਹੋਏ ਨੇ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਬੇਸਿਕ ਰੋ ਬਣਾ ਲਾਂਗੇ ਇਹ ਵਾਲੀ ਜਿਹੜੀ ਸਲਾਈ ਆ ਇਹਨੂੰ ਆਪਾਂ ਬਾਅਦ ਵਿੱਚ ਰਿਪੀਟ ਨਹੀਂ ਕਰਨਾ ਫਿਰ ਉਲਟੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਚਾਰ ਸਲਾਈਆਂ बार-बार ਉਹੀ ਰਿਪੀਟ ਹੋਣੀਆਂ ਨੇ ਪਹਿਲਾਂ ਕੁੰਡਾ ਉਤਾਰ ਲੈਣਾ ਵਾ ਫਿਰ ਚਾਰ ਕੁੰਡੇ ਉਲਟੇ ਬਣਾਵਾਂਗੇ ਇਹ ਜਿਹੜੀ ਪਹਿਲੀ ਸਲਾਈ ਆ ਇਹਨੂੰ ਆਪਾਂ ਬਾਅਦ ਵਿੱਚ ਰਿਪੀਟ ਨਹੀਂ ਕਰਨਾ ਸਿੱਧੇ ਪਾਸਿਓਂ ਬਣਾ ਰਹੇ ਹਾਂ ਤੇ ਉਲਟੀ ਸਾਈਡ ਤੋਂ ਡਿਜ਼ਾਈਨ ਸਾਡਾ ਸ਼ੁਰੂ ਹੋਣਾ ਹੈ ਤਿੰਨ ਕੁੰਡੇ ਉਲਟੇ ਬਣਾ ਲੈਨੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਚਾਰ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਪੂਰੀ ਸਲਾਈ ਜਿਹੜੀ ਆ ਆਪਾਂ ਇਸੇ ਤਰ੍ਹਾਂ ਹੀ ਆਪਣੀ ਪਹਿਲੀ ਸਲਾਈ ਬਣਾ ਲੈਣੀ ਆ ਚਾਰ ਕੁੰਡੇ ਉਲਟੇ ਤੇ ਇੱਕ ਕੁੰਡਾ ਸਿੱਧਾ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਪੰਜ ਕੁੰਡਿਆਂ ਦਾ ਡਿਜ਼ਾਈਨ ਆ ਤੇ ਇਹੀ ਪੰਜ ਕੁੰਡੇ ਆਪਾਂ ਰਿਪੀਟ ਕਰਨੇ ਪਹਿਲੀ ਸਲਾਈ ਦੇ ਵਿੱਚ ਚਾਰ ਕੁੰਡੇ ਉਲਟੇ ਬਣਾਉਂਦੇ ਜਾਣਾ ਹੈ ਇੱਕ ਕੁੰਡਾ ਸਿੱਧਾ ਬਣਾਉਂਦੇ ਜਾਣਾ ਤੇ ਲਾਸਟ ਤੇ ਤੁਹਾਡੇ ਕੋਲ ਚਾਰ ਕੁੰਡੇ ਉਲਟੇ ਆਉਣੇ ਚਾਹੀਦੇ ਨੇ ਤੇ ਲਾਸਟ ਵਾਲਾ ਜਿਹੜਾ ਇੱਕ ਉਹ ਸਿੱਧਾ ਬਣਾ ਲਾਂਗੇ ਚਾਰ ਕੁੰਡੇ ਉਲਟੇ ਬਣਾ ਲਿਆ ਲਾਸਟ ਵਾਲਾ ਇੱਕ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਕੇ ਪਹਿਲੀ ਸਲਾਈ ਕੰਪਲੀਟ ਕਰ ਲਈਏ ਇਹ ਵਾਲੀ ਸਲਾਈ ਹੁਣ ਬਾਅਦ ਵਿੱਚ ਰਿਪੀਟ ਨਹੀਂ ਹੋਣੀ ਹੁਣ ਆ ਗਏ ਆ ਉਲਟੀ ਸਾਈਡ ਤੇ ਪਹਿਲੀ ਸਲਾਈ ਡਿਜ਼ਾਈਨ ਦੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ 1 2 3 4 ਚਾਰ ਕੁੰਡੇ ਸਿੱਧੇ ਬਣਾ ਲਏ ਹੁਣ ਇੱਕ ਕੁੰਡਾ ਉਧਰੋਂ ਜਿਹੜਾ ਆਪਾਂ ਸਿੱਧਾ ਬਣਾਇਆ ਸੀ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਦੋ ਬਾਲ ਪਾ ਲੈਣੇ ਇੱਕ ਤੇ ਦੋ ਦੋ ਬਾਲ ਪਾ ਲੇ ਫਿਰ ਚਾਰ ਕੁੰਡੇ ਸਿੱਧੇ ਦੋ ਤਿੰਨ ਚਾਰ ਚਾਰ ਸਿੱਧੇ ਇੱਕ ਕੁੰਡੇ ਨੂੰ ਫਿਰ ਦੋ ਬਾਲ ਪਾਵਾਂਗੇ ਫਿਰ ਚਾਰ ਕੁੰਡੇ ਸਿੱਧੇ ਪੂਰੀ ਸਲਾਈ ਜਿਹੜੀ ਇਸੇ ਤਰ੍ਹਾਂ ਆਪਾਂ ਬਣਾ ਲੈਣੀ ਹੈ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਤੇ ਉਲਟਾ ਪਾਸਾ ਹੈ ਲਾਸਟ ਤੇ ਹੁੰਨ ਸਾਡੇ ਕੋਲ ਚਾਰ ਕੁੰਡੇ ਸਿੱਧੇ ਆਉਣਗੇ ਤੇ ਜਿਹੜਾ ਲਾਸਟ ਵਾਲਾ ਕੁੰਡਾ ਆ ਉਹ ਆਪਾਂ ਉਲਟਾ ਬਣਾ ਲੈਣਾ ਹੁਣ ਆ ਗਏ ਆ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲੈਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਦੋ ਤਿੰਨ ਤੇ ਚਾਰ ਹੁਣ ਧਾਗਾ ਪਿੱਛੇ ਕਰਾਂਗੇ ਇਹ ਜਿਹੜਾ ਇੱਕ ਕੁੰਡਾ ਜਿਹਨੂੰ ਆਪਾਂ ਦੋ ਵਲ ਮਾਰੇ ਸੀ ਇਨੂੰ ਫੇਰ ਆਪਾਂ ਇਸੇ ਤਰੀਕੇ ਦੇ ਨਾਲ ਦੋ ਬਲ ਮਾਰ ਲੈਣੇ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇਹ ਇੱਕ ਕੁੰਡੇ ਨੂੰ ਆਪਾਂ ਫੇਰ ਦੋ ਬਲ ਮਾਰ ਲੈਣੇ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਤੀਸਰੀ ਸਲਾਈ ਵੀ ਪੂਰੀ ਆਪਾਂ ਇਸੇ ਤਰ੍ਹਾਂ ਬਣਾ ਲੈਣੀ ਹੈ ਲਾਸਟੇ ਸਾਡੇ ਕੋਲ ਚਾਰ ਗੁੰਡੇ ਉਲਟੇ ਆ ਜਾਣਗੇ ਤੇ ਲਾਸਟ ਵਾਲਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਅਗੇ ਆਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਉਲਟੇ ਪਾਸੇ ਕਿਉਂਕਿ ਡਿਜ਼ਾਈਨ ਆਪਾਂ ਉਲਟੀ ਸਾਈਡ ਤੋਂ ਸ਼ੁਰੂ ਕੀਤਾ ਸੀ ਉਸ ਤਰ੍ਹਾਂ ਸਾਡੀ ਇਹ ਚੌਥੀ ਸਲਾਈ ਬਣ ਰਹੀ ਹੈ ਤੇ ਡਿਜ਼ਾਈਨ ਦੀ ਜਿਹੜੀ ਆ ਇਹ ਤੀਸਰੀ ਸਲਾਈ ਬਣ ਰਹੀ ਹੈ ਚਾਰ ਗੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਤੀਸਰੀ ਸਲਾਈ ਦੇ ਵਿੱਚ ਉਲਟੇ ਪਾਸਿਓਂ ਫਿਰ ਇਹ ਜਿਹੜਾ ਇੱਕ ਕੁੰਡਾ ਜਿਹਨੂੰ ਦੋ ਵਾਰ ਵਾਲ ਮਾਰੇ ਸੀ ਇਹਨੂੰ ਫੇਰ ਆਪਾਂ ਦੋ ਵਾਰ ਵਾਲ ਮਾਰ ਲੈਣੇ। ਫਿਰ ਚਾਰ ਕੁੰਡੇ ਸਿੱਧੇ। ਫੇਰਾ ਵਾਲ ਵਾਲਾ ਕੁੰਡਾ ਆ ਗਿਆ ਇਹਨੂੰ ਫੇਰ ਇਸ ਤਰ੍ਹਾਂ ਕਰਕੇ ਦੋ ਵਾਰ ਵਾਲ ਮਾਰ ਲੈਣੇ। ਚਾਰ ਕੁੰਡੇ ਫੇਰ ਸਿੱਧੇ ਬਣਾਵਾਂਗੇ। ਫਿਰ ਇਹ ਵਾਲ ਵਾਲੇ ਕੁੰਡੇ ਨੂੰ ਦੋ ਵਾਰ ਵਾਲ ਮਾਰ ਲੈਣੇ। ਚਾਰ ਕੁੰਡੇ ਫੇਰ ਸਿੱਧੇ ਬਣਾ ਲੈਣੇ ਆ। ਲਾਸਟ ਵਾਲਾ ਵੀ ਆਪਾਂ ਸਿੱਧਾ ਬਣਾ ਲਾਂਗੇ। ਹੁਣ ਆ ਗਏ ਆਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਆਪਾਂ ਸਿੱਧੇ ਪਾਸੇ। ਪਹਿਲਾ ਕੁੰਡਾ ਉਤਾਰ ਲਿਆ ਫਿਰ ਚਾਰ ਕੁੰਡੇ ਉਲਟੇ ਬਣਾ ਲਾਂਗੇ। ਇਹ ਜਿਹੜੇ ਉਲਟੇ ਕੁੰਡੇ ਨੇ ਹਰ ਵਾਰ ਉਲਟੇ ਬਣਨੇ ਨੇ ਤੇ ਉਲਟੀ ਸਾਈਡ ਤੋਂ ਇਹ ਸਿੱਧੇ ਬਣਨੇ ਨੇ। ਹੁਣ ਧਾਗਾ ਪਿੱਛੇ ਕਰ ਲਾਂਗੇ। ਹੁਣ ਇਹ ਜਿਹੜਾ ਕੁੰਡਾ ਇਹਨੂੰ ਆਪਾਂ ਚਾਰ ਵਾਰ ਖੋਲ ਲੈਣਾ ਵਾ। 1 2 3 ਤੇ ਐਚ ਆਰ ਚਾਰ ਵਾਰ ਖੋਲਣ ਤੋਂ ਬਾਅਦ ਹੁਣ ਇਹਨੂੰ ਆਪਾਂ ਆ ਜਿਹੜੇ ਸਾਡੇ ਚਾਰ ਧਾਗੇ ਨਜ਼ਰ ਆ ਰਹੇ ਇਹਨਾਂ ਦੇ ਉੱਪਰ ਉਹਦੀ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਹਨਾਂ ਦੇ ਉੱਪਰ ਉਹਦੀ ਨਗਾ ਦੇਣਾ ਤੇ ਆਹ ਜਿਹੜੇ ਚਾਰ ਧਾਗੇ ਇਹਨਾਂ ਨੂੰ ਇਹ ਵਾਲੀ ਸਲਾਈ ਤੇ ਪਾ ਕੇ ਤੇ ਸਿੱਧਾ ਬਣਾ ਦੇਣਾ ਸਟ੍ਰਿਕ ਕੀਤੀ ਨਾਲ ਹੁਣ ਤੱਕ ਆਪਣੀ ਵਾਲੀ ਸਾਈਡ ਕਰਾਂਗੇ ਫਿਰ ਵੇਖੋ 1 2 3 ਤੇ 4 ਤੱਕ ਆ ਪਿੱਛੇ ਕਰਾਂਗੇ ਇਹ ਹੁਣ ਖੋਲਾਂਗੇ ਫਿਰ ਆਪਾਂ ਨੂੰ 1 2 3 ਤੇ 4 4 ਖੋਲਣ ਤੋਂ ਬਾਅਦ ਆਪਾਂ ਹੁਣ ਇਹ ਜਿਹੜਾ ਕੁੰਡਾ ਇਹਨੂੰ ਆਪਾਂ ਚਾਰ ਜਿਹੜੇ ਧਾਗ ਆ ਇਹਨਾਂ ਦੇ ਉੱਪਰੋਂ ਇਸ ਤਰੀਕੇ ਦੇ ਨਾਲ ਇਹਨਾਂ ਦੇ ਉੱਪਰੋਂ ਆਪਾਂ ਲੰਗਾ ਦੇਣਾ ਉਹ ਚਾਰ ਕੁੰਡਿਆਂ ਨੂੰ ਇਹਦੇ ਵਿੱਚੋਂ ਆਪਾਂ ਕੱਢ ਲੈਣਾ ਫਿਰ ਇਹ ਜਿਹੜੇ ਚਾਰ ਕੁੰਡੇ ਆ ਇਹਨਾਂ ਤੋਂ ਆਪਾਂ ਇੱਕ ਕਰ ਦੇਣਾ ਇਸ ਤਰੀਕੇ ਦਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਗੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇਹ ਫੇਰ ਆਪਾਂ ਖੋਲਾਂਗੇ 1 2 ਤੇ 3 ਆ ਚੌਥਾ ਕੋਲ ਲਿਆ ਕਿਨੂੰ ਇਸ ਤਰ੍ਹਾਂ ਕਰਕੇ ਇਹਨਾਂ ਦੇ ਉੱਪਰ ਲੰਗਾ ਦੇਣਾ ਤੇ ਫਿਰ ਇਹ ਵਾਲਾ ਜਿਹੜਾ ਇਹਦੇ ਇਹਦੇ ਤੋਂ ਆਪਾਂ ਇੱਕ ਕਰ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਚਾਰ ਗੁੰਡੇ ਉਲਟੇ ਬਣਾਵਾਂਗੇ ਤਗਾ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਸਾਡੀਆਂ ਹੁਣ ਚਾਰ ਸਲਾਈਆਂ ਬਣ ਗਈਆਂ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬੰਦਾ ਹੈ ਜਦੋਂ ਆਪਾਂ ਇਹੀ ਚਾਰ ਸਲਾਈਆਂ بار بار ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬੰਦਾ ਜਾਣਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਮੋਟੀਆਂ-ਮੋਟੀਆਂ ਲਸਰਾਂ ਜਿਹੜੀਆਂ ਬੰਦੀਆਂ ਜਾਣੀਆਂ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਹੈ ਤੇ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ